सत श्री अकाल दोस्तों, अक्सर तुसी देखिया होगा भी जां सुनिया होगा भी समुंदर, हरेक आपां घोड़ियां दे इंटरव्यू लैंदे आ तां तुसी भी सुनिया होगा जी समुंदर लाइन दा बच्चा है जां समुंदर दा बच्चा है, समुंदर दी बच्ची है। असल अज तुहानूं असीं आपां वीडियो दिखाउने जी समुंदर घोड़े दी, ते आओ जी आपां उहनां नाल गल्लबात करने आ बाई जी उहनां नाल जो ये समुंदर घोड़े दे मालक ने जी। सत श्री अकाल बाई जी। सत श्री अकाल, ठीक ठाक हो? हाँ जी वधिया। वीर जी तुहाडा नाम की है जी? रुपिंदर सिंह मान। ठीक है जी। ये स्टड फार्म किस नाम से चल रहा है? मान स्टड फार्म के नाम से। ठीक है जी। भाई जी बहुत नाँ है जी घोड़े का, वाकई घोड़े की जो शान है वेखन दे विच बहुत ही सोहना सुंदर, तो कद बहुत है घोड़े का, तुसी की कहना चाहोगे जी घोड़े बारे? घोड़े जी सानू एक साल हो गया जी घोड़ा लेने। अच्छा जी। अलबंध घोड़े का बच्चा मनुखी वाले का जी, बलविंदर होर को अलबंध घोड़े का बच्चा जी। जी मदर आज मिंटू वाले वे घोड़े की है जी। ठीक है जी। ਇਹਦੀ ਮਦਰ ਦੀ ਹਾਈਟ 65 ਇੰਚ ਹੈ ਜੀ। ਹਾਂਜੀ। ਅਤੇ ਇਹਦੇ ਬਾਪ ਦੀ 68 ਹੈ ਜੀ। ਠੀਕ ਹੈ ਜੀ। ਅਤੇ 68 ਪਲੱਸ ਇਹਦੀ ਹਾਈਟ ਹੈ ਜੀ। 68 ਪਲੱਸ ਇਹਦੀ? ਹਾਂਜੀ। ਠੀਕ ਹੈ ਜੀ। ਅਤੇ ਪਹਿਲਾਂ ਕਿੰਨਾ ਕੋਲ ਸੀ ਘੋੜਾ ਜਿੰਨਾ ਤੁਸੀਂ ਲਿਆ ਸੀ? ਪਹਿਲਾਂ ਬਬਲਜੀਤ ਕੋਲ ਸੀ ਖਿੱਪਾਂ ਵਾਲੀ। ਅੱਛਾ ਜੀ। ਅਤੇ ਉਸ ਤੋਂ ਪਹਿਲਾਂ ਬੇਗਾਂ ਵਾਲੀ ਬਿੱਲੂ ਦੇ ਘਰੇ ਜੰਮਿਆ ਸੀ। ਅੱਛਾ ਜੀ। ਠੀਕ। ਹਾਂਜੀ ਠੀਕ ਹੈ। ਮਤਲਬ ਤੁਹਾਨੂੰ ਇੱਕ ਸਾਲ ਹੋ ਗਿਆ? ਤੁਹਾਨੂੰ ਸਾਲ? ਹਾਂਜੀ। ਠੀਕ ਹੈ ਜੀ। ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਜੀ, ਜਿਵੇਂ ਘੋੜਾ ਬੜਾ ਨਾਮੀ ਘੋੜਾ ਹੈ ਜੀ? ਸਾਨੂੰ ਬਹੁਤ ਮਾਣ ਹੈ ਜੀ ਘੋੜੇ ਤੇ, ਐਡੀ ਹਾਈਟ ਵਾਲਾ ਘੋੜਾ, ਐਡੀ ਲੰਬਾਈ ਵਾਲਾ ਘੋੜਾ, ਸਾਰੇ ਮੇਲੇ ਚ ਹੈ ਜੀ। ਜਿਵੇਂ ਦਾ ਕੱਦ ਕਾਠ ਵੇਖਣ ਨੂੰ ਹਾਂਜੀ ਪੂਰਾ ਸ਼ਾਨਦਾਰ ਲੱਗਦਾ। ਆਮ ਕਈ ਘੋੜੇ ਐਡੇ ਹਾਈਟ ਵਾਲੇ ਹੋਣ, ਉਹਨਾਂ ਦਾ ਕੰਨ ਨਹੀਂ ਸੋਹਣਾ, ਮੂੰਹ ਨਹੀਂ ਸੋਹਣਾ ਜੀ। ਮਤਲਬ ਇਹੀ ਚੀਜ਼ ਹੈ ਜੀ, ਕੋਈ ਨਾ ਕੋਈ ਕਮੀ ਵਿੱਚ ਘੋੜੇ ਚ ਰਹਿ ਜਾਂਦੀ ਹੈ। ਹਾਂਜੀ। ਜਿਵੇਂ ਤੇ ਜਿਵੇਂ ਪੈਰ ਪੂਰਾ ਆਪਾਂ ਦੇਖੀਏ, ਕਾਫੀ ਬਹੁਤ ਮਜ਼ਬੂਤ ਪੈਰ ਹੈ, ਮਜ਼ਬੂਤ ਹੱਡਾਂ ਪੈਰਾਂ ਦਾ, ਹੱਡਾਂ ਪੈਰਾਂ ਦਾ ਵੀ ਸਹੀ ਹੈ ਜੀ। ਕੀ ਫੀਸ ਰੱਖੀ? 11000 ਰੁਪਏ ਮੀਟਰ। 11 ਵੀ ਜਾਇਜ਼ ਹੈ ਜੀ, ਜਿਹੜੇ ਹਿਸਾਬ ਨਾਲ ਇਹਦਾ ਘੋੜੇ ਦਾ ਨਾਮ ਹੈ, ਜਿਸ ਹਿਸਾਬ ਨਾਲ ਹਾਂਜੀ ਉਸ ਹਿਸਾਬ ਨਾਲ ਜਾਇਜ਼ ਹੈ। ਬਹੁਤ ਵਧੀਆ ਤੁਸੀਂ ਕਰ ਰਹੇ ਹੋ ਜੀ। ਤੇ ਹੋਰ ਵੀ ਘਰ ਆਪਣੇ ਹੈਗੀਆਂ? ਸਾਡੇ ਕੋਲ ਦਿਲਸ਼ੇਰ ਕਾਕੀ ਦਾ ਬੱਚਾ ਤਿਆਰ ਹੋ ਰਿਹਾ ਜੀ। ਅੱਛਾ। ਉਹ ਉਹਦੀ ਹਾਈਟ 62 ਆ, ਸਪੋਟਲੈਸ ਹੈ ਜੀ। ਪਹਿਲਵਾਨ ਸਟੱਡ ਫਾਰਮ ਉਹਨਾਂ ਦਾ ਉਹ ਹੈ ਨਾ? ਉਹਨਾਂ ਦੇ ਘੋੜੇ ਦਾ ਬੱਚਾ, ਉਹਨਾਂ ਦੇ ਘੋੜੇ ਦਾ ਬੱਚਾ ਹੈ। ਠੀਕ ਹੈ। ਤੇ ਘੋੜੀਆਂ ਵੀ ਰੱਖੀਆਂ ਤੁਸੀਂ ਘਰ? ਹਾਂਜੀ, ਦੋ ਘੋੜੀਆਂ ਜੀ। ਠੀਕ ਹੈ। ਕਦੋਂ ਤੋਂ ਸ਼ੌਂਕ ਚੱਲ ਰਿਹਾ ਜੀ ਘੋੜੀਆਂ ਦਾ? 14 ਸਾਲ ਹੋ ਗਏ। ਪਹਿਲਾਂ ਮਾਲਵੜੀ ਘੋੜਾ ਅਸੀਂ ਤਿਆਰ ਕੀਤਾ ਸੀ ਨਾਗਰਾਜ ਦੇ ਨਾਲ। ਠੀਕ ਹੈ। ਤੇ ਸੀ ਬਹੁਤ ਮਸ਼ਹੂਰ ਹੋਇਆ ਘੋੜਾ। ਹਾਂਜੀ ਹਾਂਜੀ। ਉਸ ਤੋਂ ਬਾਅਦ ਇੱਕ ਮੋਤੀ ਨਾਂ ਦਾ ਨੁਕਰਾ, ਅੱਛਾ, ਘੋੜਾ ਅਸੀਂ ਤਿਆਰ ਕੀਤਾ, ਮਤਲਬ ਉਹ ਵੀ ਤੁਹਾਡੇ ਘਰੋਂ? ਹਾਂਜੀ। ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਆਹ ਘੋੜਾ ਲਿਆ ਜੀ। ਠੀਕ ਹੈ ਜੀ। ਇਹ ਆਪਣੇ ਫਾਦਰ ਸਾਹਿਬ ਨੇ ਜੀ? ਹਾਂਜੀ। ਇਹ ਉਹਨਾਂ ਦਾ ਨਾਮ ਕੀ? ਸਰਦਾਰ ਅਮਰੀਕਪਾਲ ਸਿੰਘ। ਠੀਕ ਹੈ। ਅਮਰੀਕਪਾਲ ਸਿੰਘ, ਚੰਗੇ ਜਾਨਵਰ ਰੱਖੋ ਜੀ, ਤਾਂ ਜਿਹਨੇ ਵੀ ਨਵੇਂ ਬੰਦੇ ਰੱਖਣੀ ਹੈ ਜੀ, ਹਾਂਜੀ, ਗੱਬਣ ਘੋੜੀ ਲਓ, ਤਾਂ ਬੱਚਾ ਨਾ ਲਓ। ਬੱਚਾ ਜਦੋਂ ਤਿਆਰ ਹੁੰਦਾ ਉਦੋਂ ਬੰਦੇ ਦਾ ਮਨ ਆ ਕੇ ਜਾਂਦਾ। ਹਾਂਜੀ ਹਾਂ। ਗੱਬਣ ਘੋੜੀ ਲਓ, ਚੰਗੀ ਹਾਈਟ ਵਾਲੀ ਲਓ, ਤੇ ਖਾਲੀ ਘੋੜੀ ਨਾ ਲਓ ਜੀ। ਅੱਛਾ। ਠੀਕ ਹੈ। ਮਤਲਬ ਵਧੀਆ ਚੰਗਾ ਪ੍ਰੂਫ ਲਓ ਕਿ ਵਾਕਈ ਉਸ ਘੋੜੇ ਤੋਂ ਮਿਲੀ ਹੈ ਜਿਸ ਤੋਂ ਬੰਦਾ ਕਹਿ ਰਿਹਾ ਜੀ। ਠੀਕ ਹੈ ਜੀ। ਤੁਸੀਂ ਕਿਵੇਂ ਕੀ ਨਜ਼ਰੀਏ ਨਾਲ ਵੇਖਦੇ ਹੋ ਵੀ ਅੱਜ ਦਾ ਯੂਥ ਘੋੜਿਆਂ ਦੇ ਸ਼ੌਂਕ ਨੂੰ ਮਤਲਬ ਵਧਾ ਰਿਹਾ ਜਾਂ ਕਿਵੇਂ? ਵਧਾ ਰਿਹਾ ਜੀ, ਹੁਣ ਸ਼ੌਂਕ ਵੱਧ ਰਿਹਾ, ਵੱਧ ਰਿਹਾ। ਹਾਂਜੀ ਹਾਂਜੀ ਹਾਂ। ਪਹਿਲਾਂ ਜਿਵੇਂ ਘੱਟ ਸੀ ਘੋੜੇ, ਹੈਗੇ ਵੀ ਬਹੁਤ ਸੀ, ਪਰ ਜਿਵੇਂ ਅੱਜ ਦਾ ਯੂਥ ਹੈ ਉਹਨਾਂ ਨੂੰ ਘੋੜਿਆਂ ਦਾ ਸ਼ੌਂਕ ਥੋੜ੍ਹਾ ਜਿਹਾ ਜ਼ਿਆਦਾ ਹੀ ਵੱਧਦਾ ਜਾ ਰਿਹਾ। ਜਿਹੜੀਆਂ ਰਾਈਡਿੰਗ ਕਰਾਉਣ ਲੱਗ ਗਏ ਨਾ ਜੀ, ਬਹੁਤ ਹੀ ਚੰਗੀ ਚੀਜ਼ ਆ। ਹਾਂਜੀ। ਜਿਹੜੇ ਸ਼ੋਅ ਲੱਗਣ ਲੱਗ ਗਏ ਸੀ, ਸ਼ੋਅ ਲੱਗਣ ਲੱਗ ਗਏ ਹੁਣ, ਅਤੇ ਜਾਂ ਪ੍ਰਾਈਵੇਟ ਜੀ, ਉਹਦੇ ਕਰਕੇ ਬਹੁਤ ਹੀ ਸ਼ੌਂਕ ਪਿਆ ਜੀ। ਠੀਕ ਹੈ ਜੀ। ਅਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਵੀਰ ਜੀ। ਇੱਕ ਤੁਸੀਂ ਸਾਨੂੰ ਨਾ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ। 98-772-24-692। ਠੀਕ ਹੈ। ਅਤੇ ਬਾਕੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ। ਥੈਂਕ ਯੂ। ਧੰਨਵਾਦ ਜੀ।